जमी बलियां खाली करते हैं, कोई दाना नहीं छड़े, कुछ भी नहीं है किसान बंदा करूगी। मक्खी मक्खी रही है, आ पानी देखो कि फिर बहुत ज्यादा नुकसान है, बहुत ज्यादा 100% ही नुकसान है जी, सारी पांच मान कट के दे दी नहीं होंगी है। पानी च खड़िया नहीं जांदा, ठंडा पानी इतना ज्यादा ठंडा हो गया ना गड़िया करके, बहुत ज्यादा नुकसान हो गया, नुकसान ही बहुत ज्यादा। मक्खी मक्खी जी दाने नहीं है चिक भी, नो ये कुछ नहीं है, बलियां जमी खाली कर रहे हैं, बल्ली खाली है, खत्म बलियां दा हाल करते हैं, जमी बलियां खाली करते हैं, कोई दाना नहीं छड़े, कुछ भी नहीं है साडे, किसान बंदा करूगी। जमी एक गरीब बंदा जिन्हें ठेके ते लेके फसल करनी है, चलो आपका गुजारा करना, गरीब बंदा ही लऊगा ठेके ते, अमीर बंदा थोड़ी लऊगा, बहुत ज्यादा बंदा लऊगा। सरकारां नूं साडे हत्थ बन के बेनती है कि इन्हें करदौलियां करा के वध तों वध वध तों वध ते साडी घट बन के बेनती है सरकारां, देखो जी जमी मारी गई जी, जमी खत्म हो जाएंगे इस तरह, नहीं जमी खत्म है जी। की नाम है जी तुहाडा? मेरा नाम नवाब सिंह जी। ਨਵਾਬ ਸਿੰਘ ਕਿੰਨੀ ਕੁ ਜ਼ਮੀਨ ਹੈ ਤੁਹਾਡੀ ਅਤੇ ਜਿਹੜਾ ਗੜੇਮਾਰੀ ਹੋਈ ਹੈ ਕਿੰਨੀ ਕੁ ਹੋਈ ਹੈ? ਕੀ ਜ਼ਮੀਨ ਜੀ 6 acres ਦੇ ਮੇਰੇ ਘਰ ਦੀ ਮਾਲਕੀ ਸੀ ਜੀ, 2 acres ਠੇਕੇ 70,000 ਨੂੰ, ਗੜੇਮਾਰੀ ਬਹੁਤ ਹੋ ਗਈ ਹੈ, ਕੁਛ ਹੀ ਰਹਿ ਗਿਆ, ਇਕੱਲੇ ਨਾੜ ਨਾੜ ਰਹਿ ਗਿਆ, ਬਾਕੀ ਕੁਛ ਵੀ ਬਚਿਆ, ਸਾਰਾ ਕੰਮ ਜੀ ਖਤਮ ਹੋ ਗਿਆ ਬਿਲਕੁਲ ਜੀ। ਸਾਡੇ ਤਾਂ ਪੱਠੇ ਵੀ ਨਹੀਂ, ਪੱਠੇ ਨਹੀਂ, ਨਹੀਂ ਕੋਈ ਬਰਸੀਨ ਰਹੀ, ਕੁਛ ਨਹੀਂ ਰਿਹਾ ਬਿਲਕੁਲ, ਅਸੀਂ ਰੱਬ ਨੇ ਬਹੁਤ ਧੱਕਾ ਕੀਤਾ ਜੀ, ਮਾਰ ਸਾਹਿਬ ਨੂੰ ਕਹਿੰਦੇ ਹਾਂ, ਸਾਡੇ ਜ਼ਿਮੀਂਦਾਰਾਂ ਵਾਸਤੇ ਕੁਛ ਵੇਖ, ਸਾਡਾ ਕੁਛ ਨਹੀਂ ਰਹਿ ਗਿਆ ਬਿਲਕੁਲ, ਖਤਮ ਹੋਇਆ ਸਾਡਾ ਕੰਮ ਸਾਰਾ, ਆਹ ਵੇਖੋ ਸਾਡੇ ਨਾਲ ਕਿੰਨਾ ਧੱਕਾ ਹੋਇਆ, ਬਹੁਤ ਜ਼ਿਆਦਾ ਬਾਤ ਮਾਰ। ਹਾਂਜੀ ਕੀ ਨਾਮ ਹੈ? ਮੇਰਾ ਨਾਮ ਜੱਗਾ ਸਿੰਘ ਹੈ ਜੀ, ਮੈਂ ਮੌਜੂਦਾ ਪੰਚਾਇਤ ਮੈਂਬਰ ਹਾਂ। ਸਾਡੇ ਪਿੰਡ ਹਰਿਆਊ ਦੇ ਵਿੱਚ ਅੱਜ ਇੰਨੀ ਜ਼ਿਆਦਾ ਗੜੇਮਾਰੀ ਹੋਈ ਆ, 100% ਫਸਲਾਂ ਤਬਾਹ ਕਰਤੀਆਂ ਜੀ, ਬਿਲਕੁਲ ਹੀ ਖਤਮ ਕਰਤੇ, ਪਸ਼ੂਆਂ ਵਾਸਤੇ ਜੋ ਚਾਰਾ ਬੀਜਿਆ ਸੀ ਬਰਸੀਨ ਜਵੀ ਜਿਹਦੀ, ਉਹ ਵੀ ਬਿਲਕੁਲ ਹੀ ਖਤਮ ਕਰਤਾ ਜੀ, ਬਿਲਕੁਲ ਜਮੀ ਖਤਮ ਹੋ ਗਿਆ, ਤਬਾਹ ਹੋ ਗਿਆ। ਜਿਹੜੀਆਂ ਸਬਜ਼ੀਆਂ ਲਾਈਆਂ ਸੀ ਲੋਕਾਂ ਨੇ ਉਹ ਵੀ ਬਿਲਕੁਲ ਹੀ ਖਤਮ ਹੋ ਗਈਆਂ, ਕਿਉਂਕਿ ਨੀਵੇਂ ਜਗ੍ਹਾ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਖੜ ਗਿਆ, ਉਹ ਤੋਂ ਸਬਜ਼ੀ ਆਟੋਮੈਟਿਕਲੀ ਮਰ ਜੂਗੀ, ਸਾਰੀ ਫਸਲ ਮਰ ਗਈ। ਕਣਕ ਦਾ ਬਹੁਤ ਬੁਰਾ ਹਾਲ ਆ, ਕਣਕ ਦੇ ਬੱਲੀਆਂ ਦੇ ਵਿੱਚ ਦਾਣੇ ਨਹੀਂ ਹੈਗੇ ਜੀ, ਕਿਸਾਨ ਕੀ ਕਰੇ, 60-65,000 ਰੁਪਏ ਨੂੰ ਠੇਕੇ 'ਤੇ ਲਿੱਤੀ ਹੋਈ ਸੀ, ਜਿਹੜੀ ਅੱਜ ਕੱਖਾਂ ਦੇ ਵੀ ਨਹੀਂ ਰਹੀ ਹੈਗੀ, ਨਾ ਸਾਨੂੰ ਪਸ਼ੂਆਂ ਦੇ ਵਾਸਤੇ ਤੂੜੀ ਰਹੀ ਆਈ, ਠੀਕ ਆ, ਨਾ ਇਹਦੇ ਵਿੱਚ 5-10 ਮਣ ਕਿੱਲੇ ਦੀ ਹੋਣ ਦੀ ਸਾਨੂੰ ਆਸ ਵੀ ਨਹੀਂ ਹੈਗੀ, ਕਿਉਂਕਿ ਬੱਲੀਆਂ ਦੇ ਵਿੱਚੋਂ ਦਾਣੇ ਜਮੀ ਕਿਰ ਗਏ, ਬੱਲੀਆਂ ਖਾਲੀ ਰਹਿ ਗਈਆਂ। ਕਿੰਨੀ ਜ਼ਮੀਨ ਠੇਕੇ 'ਤੇ? ਸਾਡੇ ਕੋਲ 10 acres ਠੇਕੇ 'ਤੇ ਲਿੱਤੀ ਹੋਈ ਸੀ, ਸਾਰੀ ਤਬਾਹ ਹੋ ਗਈ ਜੀ। ਹੁਣ ਕਿਸ ਤਰ੍ਹਾਂ ਮੰਗ ਕਰਦੇ? ਹੁਣ ਅਸੀਂ ਸਰਕਾਰ ਤੋਂ ਇੱਕੋ ਮੰਗ ਕਰਦੇ ਹਾਂ ਵੀ ਸਾਡੀਆਂ 'ਤੇ ਸਪੈਸ਼ਲ ਗਰਦੌਰੀਆਂ ਕਰਾਈਆਂ ਜਾਣ, ਵਿੱਚ ਘਰਾਂ ਦਾ ਵੀ ਨੁਕਸਾਨ ਹੋਇਆ ਹੈਗਾ, ਅਤੇ ਵੀ ਜਿੰਨਾ ਹੋ ਸਕਦਾ ਹੱਥ ਬੰਨ ਕੇ ਇੱਕੋ ਬੇਨਤੀ ਆ ਵੀ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ, ਸਰਕਾਰਾਂ ਤੋਂ ਹੀ ਸਾਨੂੰ ਆਸ ਆ, ਹੋਰ ਅਸੀਂ ਕਿਸੇ ਤੋਂ ਕੀ ਉਹ ਕਰਾਂਗੇ। ਸਾਡੀ ਮਾਨ ਸਾਹਿਬ ਨੂੰ ਇਹੀ ਬੇਨਤੀ ਆ ਵੀ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਧਰਮਾ ਜੀ, ਧਰਮਾ ਹਰਿਊ ਕਰਕੇ ਜਾਣਦੇ ਨੇ, ਪਿੰਡ ਦਾ ਨੰਬਰ ਦਾ ਨਹੀਂ। ਧਰਮਾ ਜੀ ਕੀ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਜਦੋਂ ਬਾਰਿਸ਼ ਗੜੇਮਾਰੀ ਹੋਈ ਹੈਗੀ ਹੈ ਪਿੰਡ ਵਿੱਚ? ਹਾਲਾਤ ਤਾਂ ਤੁਹਾਡੇ ਸਾਹਮਣੇ ਹੈ, ਤੁਸੀਂ ਸਾਰੇ ਪਾਸੇ ਸ਼ੋਰਟ 'ਤੇ ਦਿਖਾ ਸਕਦੇ ਹੋ, ਮੇਰੇ ਦੱਸਣ ਤੋਂ ਪਰੇ ਹੈ ਗੱਲ, ਕਿਉਂਕਿ ਲੰਬਾ ਸਮਾਂ ਜਿਹੜਾ ਨਾ ਇਸ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ ਦੇ ਵਿੱਚ, ਅੱਜ ਵੈਸੇ ਇਲਾਕੇ ਦੇ ਪਿੰਡਾਂ ਦੇ ਵਿੱਚ ਸਾਨੂੰ ਨਹੀਂ ਪਤਾ ਹੋਊਗੀ ਉੱਥੇ ਵੀ, ਪਰ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਤਾਦਾਦ ਦੇ ਵਿੱਚ ਜਿਹੜੇ ਗੜੇ ਪਏ ਨੇ,
तो इन्हों का जिहड़ा मूँह बोल की तस्वीर है जां फोटोआं ने उह तुसीं ग्राउंड लेवल ते जाके अपने इन्हां दे विच्चों फसलां दे विच्चों कणकां दे विच्चों जां रोंदे होए किसानां दे कनी वेख के ये दिखा सकदे हो जी। किन्ना क टाइम गड़ेमारी हुई है, किस तरह दे हालात घट तो घट मेरा ख्याल है भी अद्धा पौना घंटा घंटे वांगू ने जिहड़े गड़े वह पैंदे रहे ने, धरती बिल्कुल साफ हो गई सी। हालात बहुत माड़े ने जी, अज तुहानू दस्सा ही है कि साढ़े कहण तो भी परे ने। किन्ने क परसेंट दा जिहड़ा लगदा नुकसान ये तो देख के पता लगना ही, क्योंकि सानू लगता तो है नहीं भी ये कुछ परसेंट बचा होगा, क्योंकि तुम जो सिट्टे देखोगे बलिया देखोगे बलिया दे भी कुछ नहीं दिखता, तो जिहड़ियां कणक डिग पई आ वह बिल्कुल ही पानी के डुब गई वह वैसी गल जाएगी। की नाम है जी तुहाडा? जोगिंदर सिंह है जी। सरपंच मौजूदा? हाँ जी हाँ जी। की कहना चाहोगे जी अज गड़ेमारी? गड़ेमारी तो साढ़े सारे पिंड दे विच ही बहुत ज़्यादा नुकसान है, कोई पत्ती नहीं छड़ी इन्हें, कोई कख छड़ा नहीं, पट्ठा नहीं छड़िया, असी तो कहना जो गदावरियां होनियां असली उदो क्लीयर होगा, रकबा होगा 9000 लगभग है। हाँ जी। हुण फसलां दा की हालात है जिहड़े? हुण जो भेजणगे पटवारी साहब नू उदो चैक हो जाणगियां, उदो आपे दस देणगे। कणकां बिछियां वी आ? कणकां सारियां बिछियां वी ने, पानी उपर दी जा रहा जी। हाँ जी। हुण की मंग करदे? हुण असीं पंजाब सरकार तों इही मंग करदे हां वी सानू वधो वध दा मुआवजा दित्ता जावे, साडा भला हो सके इहनां नाल ही जी, आही मंग है साडी। सर जिहड़े बारिश नू लै के नुकसान होया उस नू लै के ऐलान कीता गया? देखो सरकार बहुत चिंतित है कि जो बेमौसमी बरसात के गड़े जड़े हो रहे ने, तो बहुत बड़ा नुकसान किसानों नूं पंजाब में हो रहा है, तो सरकार ने हमेशा की तरह कोई भी कोई गल होवे किसी तरह की सरकार हमेशा लोगों के नाल खड़ी है, तो अज भी साढ़े मुख्यमंत्री साहब सरदार भगवंत सिंह मान ने फैसला किया है कि जो जिस किसान की सारी फसल तबाह होगी 33% तो 75% तक होगी, पूरी तबाह होगी उन्होंने 15,000 रुपया पर एकड़ मिलेगा, तो कईयां की 33% तो 75% तक होगी उन्होंने 6,800 रुपया पर एकड़ मिलेगा। सो इस तरीके कईयां लोगों के घर गिर गए तो घर बर्बाद हो गए, उन्हां लई भी जे कोई घर का नुकसान हो गया गिर गया तो उहदी रिपेयर दे लई 5200 रुपया, तो जे कोई घर बिल्कुल ढह गया उहनूं 1,20,000 रुपया सरकार वल्लों मदद दे रूप दे विच दित्ता जाऊगा, ये सरदार भगवंत सिंह मान ने फैसला कीता है।